हिमाचल ਦੇ ਪਹਾੜ ਜੂਨ ਮਹੀਨੇ ਵਿੱਚ ਵੀ ਸਰਦੀਆਂ ਵਾਂਗ ਠੰਡੇ ਪੈ ਰਹੇ ਹਨ 1 ਜੂਨ ਨੂੰ ਧਰਮਸ਼ਾਲਾ 'ਚ ਕਟੋਕਟ ਤਾਪਮਾਨ 13.2 ਡਿਗਰੀ ਸੈਲਸੀਅਸ ਅਤੇ ਸ਼ਿਮਲਾ 'ਚ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਧਰਮਸ਼ਾਲਾ ਵਿੱਚ ਜੂਨ ਮਹੀਨੇ ਵਿੱਚ ਇੰਨੀ ਠੰਡ ਪਹਿਲਾਂ ਕਦੇ ਨਹੀਂ ਪਈ 9 ਜੂਨ 2010 ਨੂੰ ਧਰਮਸ਼ਾਲਾ ਦਾ ਕਟੋਕਟ ਤਾਪਮਾਨ 13.3 ਡਿਗਰੀ ਸੀ ਜਦੋਂ ਕਿ ਸ਼ਿਮਲਾ 'ਚ 1999 ਤੋਂ ਬਾਅਦ ਇਸ ਵਾਰ ਜੂਨ ਮਹੀਨੇ ਚ ਘਟੋ ਘਟ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਆ ਗਿਆ ਹੈ ਦੂਜੇ ਸ਼ਹਿਰਾਂ ਵਿੱਚ ਵੀ ਤਾਪਮਾਨ ਵਿੱਚ ਇਸੇ ਤਰ੍ਹਾਂ ਦੀ ਗਰਾਬਟ ਦਰਜ ਕੀਤੀ ਗਈ ਹੁਣ ਸੂਬੇ ਵਿੱਚ ਠੰਡ ਮੀਂਹ ਗੜੇਮਾਰੀ ਅਤੇ ਬਰਪਾਰੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਪਿਛਲੇ 3 ਦਿਨਾਂ ਤੋਂ ਹੋ ਰਹੀ بارش ਕਾਰਨ ਸੂਬੇ ਪਰਚ ਦੋ ਨੈਸ਼ਨਲ ਹਾਈਵੇ ਸਮੇਤ 34 ਸੜਕਾਂ ਅਤੇ ਡੇਢ ਦਰਜਨ ਬਿਜਲੀ ਟਰਾਂਸਫਾਰਮਰ ਬੰਦ ਹੋ ਗਏ ਹਨ ਇਕੱਲੇ ਕੁੱਲੂ ਜ਼ਿਲ੍ਹੇ ਵਿੱਚ 24 ਸ਼ਿਮਲਾ ਵਿੱਚ 2 ਚੰਬਾ ਵਿੱਚ 7 ਅਤੇ ਕਾਂਗੜਾ ਵਿੱਚ ਇੱਕ ਸੜਕ ਬੰਦ ਹੈ ਹਿਮਾਚਲ ਦੇ ਪਹਾੜ ਜੂਨ ਮਹੀਨੇ ਵਿੱਚ ਵੀ ਸਰਦੀਆਂ ਵਾਂਗ ਠੰਡੇ ਪੈ ਰਹੇ ਹਨ 1 ਜੂਨ ਨੂੰ ਧਰਮਸ਼ਾਲਾ 'ਚ ਘਟੋ ਘਟ ਤਾਪਮਾਨ 13.2 ਡਿਗਰੀ ਸੈਲਸੀਅਸ ਅਤੇ ਸ਼ਿਮਲਾ 'ਚ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਧਰਮਸ਼ਾਲਾ ਵਿੱਚ ਜੂਨ ਮਹੀਨੇ ਵਿੱਚ ਇੰਨੀ ਠੰਡ ਪਹਿਲਾਂ ਕਦੇ ਨਹੀਂ ਪਈ 9 ਜੂਨ 2010 ਨੂੰ ਧਰਮਸ਼ਾਲਾ ਦਾ ਘਟੋਕੜ ਤਾਪਮਾਨ 13.3 ਡਿਗਰੀ ਸੀ ਜਦੋਂ ਕਿ Shimla ਚ 1999 ਤੋਂ ਬਾਅਦ ਇਸ ਵਾਰ ਜੂਨ ਮਹੀਨੇ ਚ ਘਟੋਕੜ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਆ ਗਿਆ ਹੈ ਦੂਜੇ ਸ਼ਹਿਰਾਂ ਵਿੱਚ ਵੀ ਤਾਪਮਾਨ ਵਿੱਚ ਇਸੇ ਤਰ੍ਹਾਂ ਦੀ ਗਰਾਬਟ ਦਰਜ ਕੀਤੀ ਗਈ ਹੁਣ ਸੂਬੇ ਵਿੱਚ ਠੰਡ ਮੀਂਹ ਗੜੇਮਾਰੀ ਅਤੇ ਪਰਪਰਿਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਪਿਛਲੇ 3 ਦਿਨਾਂ ਤੋਂ ਹੋ ਰਹੀ بارش ਕਾਰਨ ਸੂਬੇ ਪਰਚ ਦੋ ਨੈਸ਼ਨਲ ਹਾਈਵੇ ਸਮੇਤ 34 ਸੜਕਾਂ ਅਤੇ ਡੇਢ ਦਰਜਨ ਬਿਜਲੀ ਟਰਾਂਸਫਾਰਮਰ ਬੰਦ ਹੋ ਗਏ ਹਨ ਇਕੱਲੇ ਕੁੱਲੂ ਜ਼ਿਲ੍ਹੇ ਵਿੱਚ 24 ਸ਼ਿਮਲਾ ਵਿੱਚ 2 ਚੰਬਾ ਵਿੱਚ 7 ਅਤੇ ਕਾਂਗੜਾ ਵਿੱਚ ਇੱਕ ਸੜਕ ਬੰਦ ਹੈ ਹਿਮਾਚਲ ਦੇ ਪਹਾੜ ਜੂਨ ਮਹੀਨੇ ਵਿੱਚ ਵੀ ਸਰਦੀਆਂ ਵਾਂਗ ਠੰਡੇ ਪੈ ਰਹੇ ਹਨ 1 ਜੂਨ ਨੂੰ ਧਰਮਸ਼ਾਲਾ 'ਚ ਘਟੋ ਘਟ ਤਾਪਮਾਨ 13.2 ਡਿਗਰੀ ਸੈਲਸੀਅਸ ਅਤੇ ਸ਼ਿਮਲਾ 'ਚ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਧਰਮਸ਼ਾਲਾ ਵਿੱਚ ਜੂਨ ਮਹੀਨੇ ਵਿੱਚ ਇੰਨੀ ਠੰਡ ਪਹਿਲਾਂ ਕਦੇ ਨਹੀਂ ਪਈ 9 ਜੂਨ 2010 ਨੂੰ ਧਰਮਸ਼ਾਲਾ ਦਾ ਘਟੋਕੜ ਤਾਪਮਾਨ 13.3 ਡਿਗਰੀ ਸੀ ਜਦੋਂ ਕਿ Shimla ਚ 1999 ਤੋਂ ਬਾਅਦ ਇਸ ਵਾਰ ਜੂਨ ਮਹੀਨੇ ਚ ਘਟੋਕੜ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਆ ਗਿਆ ਹੈ ਦੂਜੇ ਸ਼ਹਿਰਾਂ ਵਿੱਚ ਵੀ ਤਾਪਮਾਨ ਵਿੱਚ ਇਸੇ ਤਰ੍ਹਾਂ ਦੀ ਗਰਾਬਟ ਦਰਜ ਕੀਤੀ ਗਈ ਹੁਣ ਸੂਬੇ ਵਿੱਚ ਠੰਡ ਮੀਂਹ ਗੜੇਮਾਰੀ ਅਤੇ ਬਰਫबारी ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਪਿਛਲੇ 3 ਦਿਨਾਂ ਤੋਂ ਹੋ ਰਹੀ بارش ਕਾਰਨ ਸੂਬੇ ਪਰਚ ਦੋ ਨੈਸ਼ਨਲ ਹਾਈਵੇ ਸਮੇਤ 34 ਸੜਕਾਂ ਅਤੇ ਡੇਢ ਦਰਜਨ ਬਿਜਲੀ ਟਰਾਂਸਫਾਰਮਰ ਬੰਦ ਹੋ ਗਏ ਹਨ ਇਕੱਲੇ ਕੁੱਲੂ ਜ਼ਿਲ੍ਹੇ ਵਿੱਚ 24 ਸ਼ਿਮਲਾ ਵਿੱਚ 2 ਚੰਬਾ ਵਿੱਚ 7 ਅਤੇ ਕਾਂਗੜਾ ਵਿੱਚ ਇੱਕ ਸੜਕ ਬੰਦ ਹੈ ਹਿਮਾਚਲ ਦੇ ਪਹਾੜ ਜੂਨ ਮਹੀਨੇ ਵਿੱਚ ਵੀ ਸਰਦੀਆਂ ਵਾਂਗ ਠੰਡੇ ਪੈ ਰਹੇ ਹਨ 1 ਜੂਨ ਨੂੰ ਧਰਮਸ਼ਾਲਾ 'ਚ ਘਟੋ ਘਟ ਤਾਪਮਾਨ 13.2 ਡਿਗਰੀ ਸੈਲਸੀਅਸ ਅਤੇ ਸ਼ਿਮਲਾ 'ਚ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਧਰਮਸ਼ਾਲਾ ਵਿੱਚ ਜੂਨ ਮਹੀਨੇ ਵਿੱਚ ਇੰਨੀ ਠੰਡ ਪਹਿਲਾਂ ਕਦੇ ਨਹੀਂ ਪਈ 9 ਜੂਨ 2010 ਨੂੰ ਧਰਮਸ਼ਾਲਾ ਦਾ ਘਟੋਕੜ ਤਾਪਮਾਨ 13.3 ਡਿਗਰੀ ਸੀ ਜਦੋਂ ਕਿ Shimla 1999 ਤੋਂ ਬਾਅਦ ਇਸ ਵਾਰ ਜੂਨ ਮਹੀਨੇ ਚ ਘਟੋਕੜ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਆ ਗਿਆ ਹੈ ਦੂਜੇ ਸ਼ਹਿਰਾਂ ਵਿੱਚ ਵੀ ਤਾਪਮਾਨ ਵਿੱਚ ਇਸੇ ਤਰ੍ਹਾਂ ਦੀ ਗਰਾਬਟ ਦਰਜ ਕੀਤੀ ਗਈ ਹੁਣ ਸੂਬੇ ਵਿੱਚ ਠੰਡ ਮੀਂਹ ਗੜੇਮਾਰੀ ਅਤੇ ਬਰਫबारी ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਪਿਛਲੇ 3 ਦਿਨਾਂ ਤੋਂ ਹੋ ਰਹੀ بارش ਕਾਰਨ ਸੂਬੇ ਪਰਚ ਦੋ ਨੈਸ਼ਨਲ ਹਾਈਵੇ ਸਮੇਤ 34 ਸੜਕਾਂ ਅਤੇ 1.5 ਦਰਜਨ ਬਿਜਲੀ ਟਰਾਂਸਫਾਰਮਰ ਬੰਦ ਹੋ ਗਏ ਹਨ ਇਕੱਲੇ ਕੁੱਲੂ ਜ਼ਿਲ੍ਹੇ ਵਿੱਚ 24 Shimla ਵਿੱਚ 2 Chamba ਵਿੱਚ 7 ਅਤੇ Kangra ਵਿੱਚ 1 ਸੜਕ ਬੰਦ ਹੈ